ਵੈਸੇ ਸਰਕਾਰੀ ਹਸਪਤਾਲ ਦੇ ਵਿੱਚ ਤਕਰੀਬਨ ਹੀ ਗਰੀਬ ਆਦਮੀ ਆਉਂਦਾ। ਗਰੀਬ ਆਦਮੀ ਨੂੰ ਇਹ ਆਸ ਹੁੰਦੀ ਆ ਵੀ ਮੈਨੂੰ ਉੱਥੋਂ ਮੈਡੀਸਨ ਮਿਲੂਗੀ, ਪਰ ਮੈਡੀਸਨ ਹੀ ਕੋਈ ਨਹੀਂ ਤੇ ਇੱਥੇ ਆਉਣ ਕੇ ਕੀ ਕਰਨਾ ਕਿਸੇ ਨੇ। ਜੋ ਮਖੂ ਦਾ ਮਾੜਾ ਹਾਲ ਆ, ਉੱਥੇ ਨਾ ਕੋਈ ਮੈਡੀਸਨ ਆ ਤੇ ਨਾ ਕੋਈ ਸਟਾਫ ਹੀ, ਪੂਰਾ ਕਮੀਆਂ ਹੀ ਕਮੀਆਂ ਨਜ਼ਰ ਆਈਆਂ। ਮੈਂ ਹਰਦਾਸੇ ਬਾਰੇ ਸਪੈਸ਼ਲ ਇਹ ਗੱਲ ਕਹੀ ਆ, ਉਹ ਉੱਥੇ ਕੋਠੀ 'ਚ ਚਿੱਟਾ ਵਿਕਦਾ ਤੇ ਜਾਂ SHO ਨੂੰ ਕਹਿ ਦਿਓ ਵੀ ਉਹ ਬੰਦ ਕਰਾ ਦੇ ਤੇ ਨਹੀਂ ਤਾਂ ਫਿਰ ਆਪਦਾ ਬਿਸਤਰਾ ਬੰਨ ਕੇ ਲੈ ਆਵੇ। ਕੱਲ ਹੀ DSP ਸਾਹਿਬ ਨੂੰ ਮੈਂ ਇਹ ਗੱਲ ਕਹਿਤੀ ਆ, ਜਿਹੜਾ ਕੋਈ ਵੇਖ ਲਿਆ, ਮੈਨੂੰ ਪਤਾ ਲੱਗ ਗਿਆ ਵੀ ਫਲਾਣੇ ਕਿਸੇ ਪਿੰਡ ਦੇ ਵਿੱਚ ਵਿਕਦਾ, ਤੇ ਉਹ ਆਪਦਾ ਸਮਾਨ ਬੰਨ ਕੇ ਲੈ ਆਵੇ। ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਵਿਧਾਇਕ ਨਰੇਸ਼ ਕਟਾਰੀਆ ਸਰਕਾਰ ਬਣਦੇ ਹੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਅੱਜ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਸਿਵਲ ਹਸਪਤਾਲ ਜ਼ੀਰਾ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੇ ਵਿਧਾਇਕ ਜ਼ੀਰਾ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਪੱਖੋਂ ਹਸਪਤਾਲ ਦੀ ਹਾਲਤ ਬਹੁਤ ਹੀ ਮਾੜੀ ਹੈ। ਇਸ ਦੇ ਨਾਲ ਹੀ ਮਰੀਜ਼ਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਮੋਟੇ ਕਮਿਸ਼ਨ ਵਾਲੀਆਂ ਦਵਾਈਆਂ ਬਾਹਰਲੇ ਮੈਡੀਕਲਾਂ ਤੋਂ ਲਿਖ ਕੇ ਮੰਗਵਾਈਆਂ ਜਾਂਦੀਆਂ। ਹਸਪਤਾਲ ਵਿੱਚੋਂ ਨਾ ਮਾਤਰ ਦਵਾਈਆਂ ਹੀ ਦਿੱਤੀਆਂ ਜਾਂਦੀਆਂ। ਜੇਕਰ ਕੋਈ ਐਮਰਜੈਂਸੀ ਆ ਜਾਵੇ ਤਾਂ ਮਰੀਜ਼ਾਂ ਨੂੰ ਫਰੀਦਕੋਟ, ਮੋਗਾ, ਲੁਧਿਆਣਾ ਆਦਿ ਵਿਖੇ ਰੈਫਰ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਵਿਧਾਇਕ ਕਟਾਰੀਆ ਨੇ ਡਾਕਟਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਹ ਹਸਪਤਾਲ ਗਰੀਬ ਲੋੜਵੰਦ ਲੋਕਾਂ ਵਾਸਤੇ ਬਣਾਈ ਗਈ ਹੈ। ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਡਾਕਟਰ ਕਮਿਸ਼ਨ ਵਾਲੀ ਦਵਾਈ ਲਿਖਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਪਤਾ ਹੀ ਆ, ਤੁਸੀਂ ਦੇਖਿਆ ਹੀ ਆ, ਤੁਸੀਂ ਨਾਲ ਹੀ ਸੀਗੇ, ਮਖੂ ਚੈੱਕ ਕੀਤਾ। ਜੋ ਮਖੂ ਦਾ ਮਾੜਾ ਹਾਲ ਆ, ਉੱਥੇ ਨਾ ਕੋਈ ਮੈਡੀਸਨ ਆ ਤੇ ਨਾ ਕੋਈ ਸਟਾਫ ਹੀ, ਪੂਰਾ ਕਮੀਆਂ ਹੀ ਕਮੀਆਂ ਨਜ਼ਰ ਆਈਆਂ। ਉਹ ਤਾਂ ਬਣਿਆ ਪਿਆ ਉੱਥੇ ਇੱਕ ਗਊਸ਼ਾਲਾ ਬਣੀ ਪਈ ਆ, ਕੰਧਾਂ ਟੁੱਟੀਆਂ, ਸਾਰਾ ਕੁਝ ਕੁਝ ਵੀ ਪੂਰੀ ਹੈ ਨਹੀਂ। ਹੁਣ ਆਣ ਕੇ ਅਸੀਂ ਜ਼ੀਰੇ ਦਾ ਹਸਪਤਾਲ ਲੱਗੇ ਚੈੱਕ ਕਰਨ, ਮੇਰੇ ਨਾਲ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੀ ਨੇ, ਬਾਕੀ ਵੀ ਜਿੰਨੇ ਵੀ ਅਹੁਦੇਦਾਰ ਸਾਹਿਬਾਨ ਨੇ, ਅਸੀਂ ਜ਼ੀਰਾ ਹਸਪਤਾਲ ਦੇ ਵਿੱਚ ਆਏ ਹਾਂ। ਇਹਨਾਂ ਕੋਲੋਂ ਅਜੇ ਤਾਂ ਅਸੀਂ ਇਹਨਾਂ ਕੋਲੋਂ ਪੁੱਛਿਆ ਵੀ ਸਾਨੂੰ ਦੱਸੋ ਵੀ ਇੱਥੇ ਕਿਹੜੀਆਂ ਕਮੀਆਂ, ਪਰ ਇੱਥੇ ਸਾਨੂੰ ਜਿਹੜਾ ਕੁਝ ਦਿਸਦਾ ਪਿਆ ਹਰ ਇੱਕ ਚੀਜ਼ ਦੀ ਕਮੀ ਆ। ਕੋਈ ਇੱਥੇ ਮੈਡੀਸਨ ਨਹੀਂ ਮਿਲ ਰਹੀ, ਸਾਰੀਆਂ ਮੈਡੀਸਨ ਜੋ ਕੋਈ ਵੀ ਗਰੀਬ, ਵੈਸੇ ਸਰਕਾਰੀ ਹਸਪਤਾਲ ਦੇ ਵਿੱਚ ਤਕਰੀਬਨ ਹੀ ਗਰੀਬ ਆਦਮੀ ਆਉਂਦਾ। ਗਰੀਬ ਆਦਮੀ ਨੂੰ ਇਹ ਆਸ ਹੁੰਦੀ ਆ ਵੀ ਮੈਨੂੰ ਉੱਥੋਂ ਮੈਡੀਸਨ ਮਿਲੂਗੀ, ਪਰ ਮੈਡੀਸਨ ਹੀ ਕੋਈ ਨਹੀਂ ਤੇ ਇੱਥੇ ਆਉਣ ਕੇ ਕੀ ਕਰਨਾ ਕਿਸੇ ਨੇ। ਇਸ ਕਰਕੇ ਹਾਂਜੀ, ਬਿਲਕੁਲ ਵੱਖਰਾ ਕਰਾਂਗੇ ਜੀ। ਵਾਹਿਗੁਰੂ ਦੀ ਉਸ ਕਿਰਪਾ ਚਾਹੀਦੀ ਆ। ਕੇਜਰੀਵਾਲ ਜੀ ਨੇ ਜੋ ਦਿੱਲੀ 'ਚ ਕਰਕੇ ਵਿਖਾਇਆ, ਇਸੇ ਤਰ੍ਹਾਂ ਭਗਵੰਤ ਮਾਨ ਜੀ ਵੀ ਉਹਨਾਂ ਦੇ ਕਦਮਾਂ 'ਤੇ ਚੱਲਦੇ ਹੋਏ, ਦੋਨੇ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਹਰ ਬੰਦਾ ਕਹਿੰਦਾ ਵੀ ਇੱਕ ਵਧੀਆ ਇਨਸਾਨ ਨੇ ਦੋਵੇਂ, ਜਿਹੜੇ ਕਿ ਸਾਡੇ ਪੰਜਾਬ ਦੀ ਤਬਦੀਲੀ ਲਿਆ ਸਕਦੇ ਆ। ਜੋ ਅੱਜ ਪੰਜਾਬ ਕਿਰਾਏ ਪੈ ਗਿਆ ਵਾ, ਅੱਜ ਕੱਲ੍ਹ ਨੌਜਵਾਨੀ ਖਤਮ ਹੁੰਦੀ ਜਾ ਰਹੀ ਆ, ਉਸ ਨੂੰ ਲੀਹ 'ਤੇ ਲਿਆਉਣ ਵਾਸਤੇ ਬਹੁਤ ਵੱਡਾ ਉਪਰਾਲਾ ਕਰਨਗੇ। ਸਾਨੂੰ ਆਸ ਹੈ ਅਸੀਂ ਸਾਰੇ ਜਾਣੇ ਉਹਨਾਂ ਦੀ ਟੀਮ ਦੇ ਮੈਂਬਰ ਹਾਂ, ਉਹਨਾਂ ਦਾ ਸਹਿਯੋਗ ਦੇਵਾਂਗੇ, ਨਾਲ ਅਸੀਂ ਵੀ ਕੰਮ ਕਰਾਂਗੇ। ਅਤੇ ਸਾਨੂੰ ਕੇਜਰੀਵਾਲ ਜੀ ਤੋਂ, ਭਗਵੰਤ ਮਾਨ ਜੀ ਤੋਂ ਬਹੁਤ ਵੱਡੀ ਆਸ ਹੈ ਕਿ ਉਹ ਸਾਰੇ ਸੰਗਤ ਦੀਆਂ ਜਿੰਨੀਆਂ ਵੀ ਆਸਾਂ ਅਤੇ ਉਮੀਦਾਂ 'ਤੇ ਪੂਰਾ ਉਤਰਨਗੇ। ਇੱਥੇ ਜੋ ਵੀ ਸਾਡੇ ਅਸੀਂ ਆਪਦੇ ਜ਼ੀਰੇ ਹਲਕੇ ਦੇ ਹੋਸਪਿਟਲ ਆ, ਇਹਨਾਂ ਵਿੱਚ ਡਾਕਟਰ ਸਾਹਿਬਾਨਾਂ ਤੋਂ ਪੁੱਛ ਕੇ ਜੋ ਵੀ ਕਮੀ ਪੇਸ਼ੀ ਆ ਉਹ ਅਸੀਂ, ਸਟਾਫ ਘੱਟ ਆ ਸਟਾਫ ਪੂਰਾ ਕਰਾਂਗੇ, ਜੇ ਕੋਈ ਮੈਡੀਸਨ ਦੀ ਕਮੀ ਆ ਉਹ ਵੀ ਪੂਰੀ ਕਰਾਵਾਂਗੇ, ਕਿਉਂਕਿ ਗਰੀਬ ਬੰਦੇ ਨੇ ਆਣ ਕੇ ਹੋਸਪਿਟਲ ਸਰਕਾਰੀ 'ਚ ਆਉਣਾ ਵਾ, ਅਤੇ ਜੇ ਉੱਥੋਂ ਮੈਡੀਸਨ ਨਹੀਂ ਮਿਲੀ ਤਾਂ ਫਿਰ ਮਨ ਤਾਂ ਟੁੱਟਦਾ ਹੀ ਆ, ਉਹਨੇ ਲੈਣਾ ਕੀ ਸਰਕਾਰਾਂ ਤੋਂ। ਅਤੇ ਇੱਥੋਂ ਦੇ MLA ਸਾਹਿਬ ਜਦੋਂ ਵੀ ਕਿਤੇ ਗੱਲ ਕਰਦੇ ਆ, ਅਸੀਂ ਵਿਕਾਸ ਦੇ ਆ, ਉਹ ਕਰ ਦਿੱਤਾ ਆਹ ਕਰਤਾ 5 ਸਾਲਾਂ 'ਚ, ਮੈਨੂੰ ਤਾਂ ਪਤਾ ਨਹੀਂ ਕਿਹੜਾ ਕਰਤਾ, ਆਹ ਮਖੂ ਵਾਲਾ ਚੈੱਕ ਕਰਕੇ ਐਂ ਦੱਸ ਦਿਓ, ਕੋਈ ਉੱਥੇ ਇੱਕ ਵੀ ਕੰਮ ਦੱਸ ਦਿਓ। ਅਤੇ ਇਹ ਜਦੋਂ ਵੀ ਕਰੂਗਾ ਗੱਲ, ਐਡੇ ਐਡੇ ਅਖਬਾਰਾਂ ਇਸ਼ਤਿਹਾਰ ਦਊਗਾ, ਜਿੱਥੇ ਸਟੇਜਾਂ 'ਤੇ ਬੋਲੂਗਾ। ਹਾਂਜੀ, ਅਸੀਂ ਇਹ ਗੱਲ ਉੱਪਰ ਤੱਕ ਪਹੁੰਚਾਈ ਆ, ਇਹ ਉਹਨਾਂ ਦੀ ਰਾਏ ਦੇ ਨਾਲ, ਜੋ ਪਹਿਲਾਂ ਤਾਂ ਅਸੀਂ ਹੋਸਪਿਟਲ ਖੋਲ੍ਹਾਂਗੇ ਇਹ ਨਸ਼ਾ ਛੁਡਾਉਣ ਵਾਲੇ, ਜਦੋਂ ਉਹ ਨਸ਼ਾ ਕੇਂਦਰ ਇੱਥੇ
ਨਸ਼ਾ ਛਡਾਊ ਕੇਂਦਰ ਇੱਥੇ ਖੋਲ੍ਹ ਕੇ ਇੱਕ ਚੰਗਾ ਉਹਨਾਂ ਦਾ ਇਲਾਜ ਕੀਤਾ ਜਾਊਗਾ ਜਿਹੜੇ ਗੋਲੀਆਂ 'ਤੇ ਲੱਗੇ ਆ ਜਾਂ ਜਿਹੜੇ ਕੋਈ ਚਿੱਟੇ 'ਤੇ ਲੱਗੇ ਆ ਕੋਈ ਫੀਮ ਖਾਂਦਾ ਕੋਈ ਕਿਸ ਤਰ੍ਹਾਂ ਵੀ ਆ ਉਹਨਾਂ ਦਾ ਵਧੀਆ ਤਰੀਕੇ ਨਾਲ ਇਲਾਜ ਕਰਾਇਆ ਜਾਊਗਾ ਉਹਨਾਂ ਦੀ ਤਾਂ ਅਸੀਂ ਕੱਲ੍ਹ ਹੀ ਡੀ ਐੱਸ ਪੀ ਸਾਹਿਬ ਨੂੰ ਮੈਂ ਇਹ ਗੱਲ ਕਹਿਤੀ ਆ ਜਿਹੜਾ ਕੋਈ ਵੇਖ ਲਿਆ ਮੈਨੂੰ ਪਤਾ ਲੱਗ ਗਿਆ ਵੀ ਫਲਾਣੇ ਕਿਸੇ ਪਿੰਡ ਦੇ ਵਿੱਚ ਵੇਖਦਾ ਤੂੰ ਆਪਦਾ ਸਮਾਨ ਬੰਨ ਕੇ ਲੈ ਆਵੇ ਉਹ ਐੱਸ ਐੱਚ ਓ ਸਮਾਨ ਬੰਨ ਕੇ ਲੈ ਆਵੇ ਹਰਦਾਸਾ ਪਿੰਡ ਮਸ਼ਹੂਰ ਆ ਮੈਂ ਹਰਦਾਸੇ ਬਾਰੇ ਸਪੈਸ਼ਲ ਇਹ ਗੱਲ ਕਹੀ ਆ ਉਹ ਉੱਥੇ ਕੋਠੀ 'ਚ ਚਿੱਟਾ ਵਿਕਦਾ ਅਤੇ ਜਾਂ ਐੱਸ ਐੱਚ ਓ ਨੂੰ ਕਹਿ ਦੇ ਵੀ ਉਹ ਬੰਦ ਕਰਾ ਦੇ ਅਤੇ ਨਹੀਂ ਤਾਂ ਫਿਰ ਆਪਦਾ ਬਿਸਤਰਾ ਬੰਨ ਕੇ ਲੈ ਆਵੇ ਇਹ ਨਹੀਂ ਵੀ ਮੁੜ ਕੇ ਕਿਤੇ ਹੋਰ ਹੈ ਜਾ ਕੇ ਥਾਣੇਦਾਰ ਲੱਗ ਜੂਗਾ ਥਾਣੇਦਾਰ ਨਹੀਂ ਅਸੀਂ ਲੱਗਣ ਦਿੰਦੇ ਉਹਨਾਂ ਨੂੰ ਉਹ ਐੱਸ ਐੱਚ ਓ ਨਹੀਂ ਲੱਗੂਗਾ ਮੈਂ ਕਿਹਾ ਜੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਬੰਦ ਕਰਾਵਾਂਗੇ ਬੰਦ ਹੋ ਮੈਂ ਕਹਿੰਦਾ ਜੀ ਇੱਕ ਵੀ ਬੰਦਾ ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਨੂੰ ਦੱਸਤਾ ਸਾਰਿਆਂ ਨੂੰ ਜਾਂ ਤਾਂ ਇਹ ਪੈਸੇ ਲੈਣੇ ਬੰਦ ਕਰ ਦਿਓ ਜਿਹੜੇ ਤੁਸੀਂ ਆ ਟੈਸਟ ਲਿਖਦੇ ਜੇ ਜੋ ਕਮਿਸ਼ਨ ਲੈਣਾ ਬੰਦ ਕਰ ਦਿਓ ਹੋਰ ਵੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਿਹੜਾ ਵਾ ਉਹ ਬੰਦ ਕਰ ਦਿਓ ਅਤੇ ਨਹੀਂ ਤਾਂ ਪੁੱਠੇ ਟੰਗ ਦਿਆਂਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਨੇ ਸਾਨੂੰ ਤਾਂ ਫਤਵਾ ਦਿੱਤਾ ਐਡਾ ਵੱਡਾ ਫਤਵਾ ਦਿੱਤਾ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਗਰੀਬਾਂ ਲੋਕਾਂ ਨੇ ਜਿੰਨਾ ਸਾਡੇ 'ਤੇ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਉਹਨਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਪੂਰਾ ਉਤਰਾਂਗੇ ਇਹਦੇ ਚੋਂ ਆਪਾਂ ਪਤਾ ਨੀ ਲਾ ਸਕਦੇ ਨਹੀਂ ਇਹਦੇ ਚ ਆਪਾਂ ਨੂੰ ਪਤਾ ਨੀ ਲੱਗ ਸਕਦਾ ਕਿੰਨੇ ਕੱਟੇ ਬਾਈ ਜੀ ਇਹਦਾ ਪਤਾ ਕਰਾ ਕੇ ਦਿਓ ਇਹ ਜਿਹੜੇ ਇਸ ਤਰ੍ਹਾਂ ਦੇ ਘਪਲੇ ਬਾਜੀ ਬੰਦ ਕਰ ਦਿਓ ਨਹੀਂ ਤਾਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹੋ ਜਿਹੇ ਬੰਦੇ ਬਿਲਕੁਲ ਕਾਰਵਾਈ ਹੋਊਗੀ ਉਹਨਾਂ ਤੇ ਮੈਂ ਸੱਟੇ ਵਾਲਿਆਂ ਨੂੰ ਵੀ ਅੱਜ ਇਹ ਚੇਤਾਵਨੀ ਦਿੰਦਾ ਵੀ ਜੇਕਰ ਉਹ ਹਫ਼ਤੇ ਇੱਕ ਦਾ ਉਹਨਾਂ ਨੂੰ ਅਲਟੀਮੇਟਮ ਹੈ ਬੰਦ ਕਰ ਦੇਣ ਚੰਗੇ ਰਹਿ ਜਾਣਗੇ ਤਾਂ ਨਹੀਂ ਤਾਂ ਸਾਰੇ ਚੌਕੇ ਅੰਦਰ ਦੇਵਾਂਗੇ ਨਾ ਕੁਛ ਚੱਟੇ ਵਾਲਾ ਲੱਭੂ ਤੇ ਨਾ ਕੁਛ ਸੱਟੇ ਵਾਲਾ ਲੱਭੂ ਕਿਸੇ ਨੂੰ ਉਹਨਾਂ ਨੂੰ ਡਰ ਨਹੀਂ ਨਾ ਹੁੰਦਾ ਕਿ ਪਰਚਾ ਇਹ ਛੋਟਾ ਜਿਹਾ ਹੁੰਦਾ ਇਹਦੇ 'ਚ ਤਾਂ ਕਰਕੇ ਫਿਰ ਇੱਕ ਦਿਨ ਲਾਉਂਦੇ ਦੂਜੇ ਦਿਨ ਫੜੇ ਗਏ ਤੀਜੇ ਦਿਨ ਫਿਰ ਨਿਕਲ ਕੇ ਚੱਲ ਗਿਆ ਫਿਰ ਕੋਈ ਚੰਗਾ ਵਧੀਆ ਕਰਾਂਗੇ ਇਹਨਾਂ ਦਾ ਉਪਰਾਲਾ ਜਿਹੜਾ ਕੀ ਹਾਂਜੀ ਵੀਰੇ ਦਾ ਬਹੁਤ ਵੱਡਾ ਇੱਕ ਬੰਦਾ ਮੈਡੀਕਲ ਨਸ਼ਾ ਵੇਚਦਾ ਔਰ ਉਹਨੇ ਤੁਹਾਡੀ ਫੋਟੋ ਲਾ ਕੇ ਤੁਹਾਨੂੰ ਵਧਾਈਆਂ ਦਿੱਤੀਆਂ ਆਪਦੀ ਦੁਕਾਨ ਤੇ ਵੀ ਆਪਦੀ ਫੀਲਡ ਤੇ ਬਾਈ ਜੀ ਮੈਂ ਪਹਿਲੀ ਗੱਲ ਆ ਵੀ ਮੈਂ ਕਿਹਾ ਜੀ ਬਿਲਕੁਲ ਨਹੀਂ ਮੈਂ ਇਹ ਕੰਮ ਬਰਦਾਸ਼ਤ ਕਰਨਾ ਭਾਵੇਂ ਕੋਈ ਮੇਰਾ ਰਿਸ਼ਤੇਦਾਰ ਹੋਵੇ ਤੇ ਭਾਵੇਂ ਕੋਈ ਹੋਵੇ ਬਾਈ ਜੀ ਮੈਂ ਇੱਥੇ ਫੰਡ ਦੇਣ ਆਏ ਸੀਗੇ ਮੈਂ ਫੰਡ ਨਹੀਂ ਲਿਆ ਮੈਡੀਕਲ ਮੈਨੂੰ ਪਤਾ ਇਹਨਾਂ ਨੇ ਲੋਕਾਂ ਨੇ ਨਸ਼ਾ ਵੇਚਣਾ ਮੈਂ ਬਿਲਕੁਲ ਮੈਂ ਕਿਹਾ ਕੋਈ ਹੋਵੇ ਭਾਵੇਂ ਕੋਈ ਫਲੈਕਸ ਚੜ ਕੇ 10 ਫਲੈਕਸ ਲਾ ਦੇਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਬਿਲਕੁਲ ਚਿੱਟਾ ਬੰਦ ਕਰਾਂਗੇ ਗੋਲੀਆਂ ਬੰਦ ਕਰਾਂਗੇ ਦੜਾ ਸਿੱਟਾ ਬੰਦ ਕਰਾਂਗੇ ਬੰਦ ਹੋਊਗਾ ਦੱਸ ਦੇ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਨਵੀਂ ਕੈਬਨਿਟ ਵੱਲੋਂ ਐਕਸ਼ਨ ਮੋਡ ਵਿੱਚ ਆ ਕੇ ਲਗਾਤਾਰ ਕੰਮ ਕੀਤੇ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਉਹਨਾਂ ਵੱਲੋਂ ਪਹਿਲਾਂ ਸਰਕਾਰੀ ਦਫ਼ਤਰਾਂ ਦੇ ਅਫਸਰਾਂ ਤੋਂ ਕੀਤੀ ਗਈ ਸੀ ਅਤੇ ਹੁਣ ਇਹ ਐਕਸ਼ਨ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੇ ਵੀ ਕੀਤਾ ਜਾ ਰਿਹਾ ਹੈ ਵੇਖਣਾ ਹੋਵੇਗਾ ਕਿ ਜੋ ਇਹ ਨਵੀਂ ਕੈਬਨਿਟ ਦੇ ਵੱਲੋਂ ਐਕਸ਼ਨ ਦੇ ਵਿੱਚ ਆ ਕੇ ਵੱਡੇ ਵੱਡੇ ਕੰਮ ਕੀਤੇ ਜਾ ਰਿਹਾ ਅਤੇ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਜੋ ਐਕਸ਼ਨ ਲਈ ਜਾ ਰਿਹਾ ਕਿ ਉਸ ਦੇ ਨਾਲ ਕੀ ਕੋਈ ਅਸਰ ਪੈਂਦਾ ਹੈ ਪੰਜਾਬ ਦੇ ਸਿਸਟਮ ਤੇ ਜੋ ਕਿ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਜਾਂ ਫਿਰ ਨਹੀਂ D5 ਚੈਨਲ ਪੰਜਾਬੀ ਲਈ ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com